ਐ ਨਾ ਕਬਰਸਤਾਨ ਦੀ ਕਰਨੀ ਹੈ ਸਫਾਈ, ਠੀਕ ਅੱਛਾ ਏ। ਆ ਸਾਰਾ ਜਿੰਨਾ ਵੀ ਆ ਘਾਹ ਬੂਟਾ ਹੈ ਨਾ, ਆ ਇਹ ਖਤਮ ਕਰਨਾ ਹੈ। ਹੋ ਜਾਏਗਾ। ਲਓ ਫਿਰ ਲੱਗੋ ਤੁਸੀਂ। ਚਲੋ ਠੀਕ ਹੈ। ਉਹ ਟੁਰ ਗਿਆ, ਮੈਂ ਯਾਰ ਸਿਗਰਟ ਹੀ ਪੀ ਲਵਾਂ ਹੁਣ, ਇੱਧਰ ਕੰਮ ਤਾਂ ਹੁੰਦਾ ਹੀ ਰਹਿੰਦਾ। ਅੱਜ ਅੱਜ ਵਾਹਵਾ ਦਿਹਾੜੀ ਲੱਭੀ ਆ, ਅੱਜ ਸਕੂਨ ਦੀ ਦਿਹਾੜੀ ਜਿਹੜਾ ਕਰਨੇ ਆ, ਆਰਾਮ ਸਕੂਨ ਨਾਲ ਬਹਿ ਕੇ ਨਾਲ ਸਿਗਰਟ ਪੀਨੇ ਆ। ਲੈ ਮੈਂ ਜਾ ਕੋਈ ਕੰਮ ਵੀ ਕਰ ਲਾਂ ਥੋੜ੍ਹੀ ਜਿਹਾ। ਲੈ ਜਾ ਮੈਂ ਜਾ ਕੋਈ ਮੋਬਾਈਲ ਨਾ ਵੇਖ ਲਾਂ, ਦਿਹਾੜੀ ਤੇ ਅੱਗੇ ਲੱਗੀ ਏ। ਲੋ ਹੁਣ ਸ਼ਾਮ ਪੇ ਪੈਂਦੀ ਏ, ਹੁਣ ਥੋੜ੍ਹੀ ਜਿਹੀ ਨਾ ਕਰ ਲਵਾਂ। ਉਹ ਵੀ ਆਉਣ ਵਾਲਾ ਹੈ ਤੇ ਉਹਨੂੰ ਪਤਾ ਲੱਗੇ ਕੰਮ ਲੱਗਾ ਏ, ਤੇ ਫੇਰ ਇਹਨੂੰ ਹੁਣ ਬੰਦ ਕਰ ਛੱਡਨੇ ਆ। ਦਿਹਾੜੀ ਵੀ ਲੈਣੀ ਹੈ ਕੋਈ ਥੋੜ੍ਹੀ ਜਿਹੀ ਨਾ ਕਰ ਲਈਏ ਹੁਣ। ਹਾਂਜੀ ਆ ਗਏ ਹੋ? ਹਾਂਜੀ, ਹੋ ਗਿਆ ਕੰਮ? ਹਾਂਜੀ ਹੋ ਗਿਆ, ਕੰਮ ਪੂਰਾ ਹੋ ਗਿਆ ਤੁਹਾਡਾ, ਦਿਹਾੜੀ ਦੇ ਦਿਓ। ਥੋੜਾ ਥੋੜਾ ਹੀ ਲੱਗਦਾ। ਨਹੀਂ ਆ ਵੇਖੋ ਬੜਾ ਕੰਮ ਕੀਤਾ ਜੀ, ਆ ਵੇਖੋ ਤਾਂ ਸਹੀ, ਘਾਹ ਛੱਡਦਾ ਜੀ ਸੀ ਬੜਾ ਘਾਹ ਜੇ। ਹੈਲੋ ਫਿਰ ਲਿਓ ਠੇਕੇਦਾਰ 1000 ਰੁਪਈਆ ਦੇ ਗਿਆ, ਤੇ ਸੌਦਾ ਵੀ ਖੜਨਾ ਸੀ, ਖੁੱਲਾ ਵੀ ਕੋਈ ਨਹੀਂ। ਚਲੋ ਇੱਥੋਂ ਕਿਸੇ ਕੋਲ ਪੁੱਛਣੇ ਆ ਪੁੱਤਰ, ਹਾਂਜੀ 1000 ਹਾਂਜੀ ਦਾ ਖੁੱਲਾ ਹੈ, 2-5-5 ਸੌ ਦੇ ਹਾਂਜੀ ਬਜ਼ੁਰਗ ਹੋਇਆ ਨੇ। ਲਿਆ ਦੇ ਯਾਰ, ਮੈਂ ਸੌਦਾ ਖੜਨਾ ਹੈ। ਹੈਲੋ ਹਾਂ ਆ ਬਜ਼ੁਰਗੋ, ਸਾਨੂੰ ਦਾਲ ਲਾਈ ਹੁੰਦੇ ਹੋ, ਆ ਕੀ ਦੇ ਗਏ ਹੋ? ਯਾ ਪੁੱਤਰ 1000 ਰੁਪਈਆ, 1000 ਨਹੀਂ ਹੈ, 100 ਦਾ, ਅੱਧਾ 100, ਅੱਧਾ 1000 ਦਾ। ਓਹੋ ਲੈ ਐ ਫੜੋ ਆਪਣੇ ਪੈਸੇ, ਉਹ ਮੇਰੇ ਪੈਸੇ ਵਾਪਸ ਕਰੋ। ਲੈ ਮੈਨੂੰ ਹੀ ਦਾਲ ਲੱਗ ਗਈ, ਕਿਸੇ ਨੂੰ ਦਾਲ ਲਾਈਏ ਤੇ ਫਿਰ ਇੰਜ ਹੀ ਹੁੰਦਾ, ਤੇ ਜੇ ਕਿਸੇ ਨੂੰ ਦਾਲ ਲਾਈਏ ਤੇ ਆਪਣੇ ਆਪ ਨੂੰ ਹੀ ਲੱਗ ਜਾਂਦਾ ਹੈ। ਲੈ ਮੈਂ ਉਹਨੂੰ ਦਾਲ ਲਾਇਆ ਸੀ, ਉਹ ਮੈਨੂੰ ਹੀ ਲੱਗ ਗਿਆ ਦਾਲ।